ਸਾਡੀ ਪਿਛਲੀ 22 ਤਰੀਕ ਨੂੰ ਮਾਨਯੋਗ ਟਰਾਂਸਪੋਰਟ ਮੰਤਰੀ ਟਰਾਂਸਪੋਰਟ ਸੈਕਟਰੀ ਨਾਲ ਮੀਟਿੰਗ ਹੋਈ ਸੀਗੀ। ਉਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ ਅਸੀਂ ਆਉਣ ਵਾਲੀ ਪਹਿਲੀ ਜਿਹੜੀ ਕੈਬਨਿਟ ਹੋਊਗੀ ਉਹਦੇ ਵਿੱਚ ਪੱਕੇ ਕਰਾਂਗੇ। ਪਰ ਅੱਜ ਦੀ ਜਿਹੜੀ ਸਾਡੀ ਗੇਟ ਰੈਲੀ ਆ, ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਜੇਕਰ 29 ਤਰੀਕ ਨੂੰ ਸਾਡੀ ਕੈਬਨਿਟ ਮੀਟਿੰਗ ਵਿੱਚ ਕੋਈ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰਨ ਤੌਰ 'ਤੇ ਹੜਤਾਲ ਕਰਕੇ ਅਸੀਂ ਬੱਸਾਂ ਦਾ ਚੱਕਾ ਜਾਮ ਕਰਾਂਗੇ ਅਤੇ ਜਿਹਦੇ ਨਤੀਜੇ ਸਰਕਾਰ ਨੂੰ ਭੁਗਤਣੇ ਪੈਣਗੇ। 36,000 ਦੇ ਵਿੱਚ ਲਗਭਗ ਸਾਡੇ ਉਹਨਾਂ ਨੇ ਬੋਰਡ ਕਾਰਪੋਰੇਸ਼ਨਾਂ ਤਕਰੀਬਨ ਬਾਹਰ ਰੱਖੀਆਂ, ਪਰ ਸਾਡੇ ਟਰਾਂਸਪੋਰਟ ਵਿਭਾਗ ਦਾ 36,000 ਦੇ ਵਿੱਚ ਇਹਨਾਂ ਨੇ ਜਿਹੜਾ ਐਕਟ 10 ਸਾਲਾ ਬਣਾਤਾ, ਲਗਭਗ ਉਹ ਕਿਸੇ ਵੀ ਮਹਿਕਮੇ ਦੇ ਵਿੱਚ ਕੋਈ ਵੀ ਵਰਕਰ ਨਹੀਂ ਆ ਰਿਹਾ। ਕਿੰਨੇ ਮੁਲਾਜ਼ਮ ਨੇ ਤੁਹਾਡੇ ਟੋਟਲ? ਲਗਭਗ ਸਾਡੇ ਪਨਵਸ PRTC ਦੇ ਵਿੱਚ 7600 ਦੇ ਲਗਭਗ ਮੁਲਾਜ਼ਮ। ਅੱਜ ਅਸੀਂ ਜਥੇਬੰਦੀ ਦੇ ਸੱਦੇ 'ਤੇ ਪੂਰੇ ਪੰਜਾਬ ਦੇ 27 ਡਿਪੂਆਂ ਦੇ ਗੇਟ 'ਤੇ ਗੇਟ ਰੈਲੀਆਂ ਕੀਤੀਆਂ ਗਈਆਂ, ਕਿਉਂਕਿ ਪਿਛਲੇ ਸਮੇਂ 22 ਤਰੀਕ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਫਾਈਨਲ ਮੀਟਿੰਗ ਹੋਈ ਸੀ ਜਿਹਦੇ 'ਚ ਉਹਨਾਂ ਨੇ ਅਗਲੀ ਕੈਬਨਿਟ ਮੀਟਿੰਗ ਤੱਕ ਸਮਾਂ ਲਿਆ ਸੀਗਾ ਵੀ ਜਿਹੜੀ ਹੜਤਾਲ ਨੂੰ ਪੋਸਟਪੋਨ ਕੀਤਾ ਜਾਵੇ, ਅਸੀਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਤੁਹਾਨੂੰ ਰੈਗੂਲਰ ਕਰਾਂਗੇ, ਜਿਸ ਕਰਕੇ ਅੱਜ ਅਸੀਂ ਸਰਕਾਰ ਨੂੰ ਯਾਦ ਕਰਾਉਂਦੇ ਹਾਂ ਅਤੇ ਚੇਤਾਵਨੀ ਦਿੰਦੇ ਹਾਂ ਵੀ 29 ਤਰੀਕ ਦੀ ਕੈਬਨਿਟ ਮੀਟਿੰਗ ਕਰਨ ਜਾ ਰਹੀ ਹੈ ਸਰਕਾਰ, ਅਤੇ ਉਹਦੇ 'ਚ ਸਾਡੇ ਪਨਬੱਸ PRTC ਦੇ ਸਮੂਹ ਜਿਹੜੇ ਮੁਲਾਜ਼ਮ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ। ਜੇਕਰ ਨਾ ਕੀਤਾ ਗਿਆ ਤਾਂ ਤੁਰੰਤ ਜਿਹੜੀਆਂ ਪੰਜਾਬ ਰੋਡ ਪਨਬੱਸ PRTC ਦੀਆਂ ਬੱਸਾਂ 30 ਤਰੀਕ ਤੋਂ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਜਾਣਗੇ ਸਮੁੱਚੇ ਮੁਲਾਜ਼ਮ। ਸਰਕਾਰ ਸਮਾਂ ਟਪਾ ਰਹੀ ਆ, ਕਦੀ ਚਿਹਰੇ ਬਦਲ ਲੈਂਦੀ, ਕਦੀ ਪੰਜਾਬ ਦਾ ਪ੍ਰਧਾਨ ਬਦਲ ਲਿਆ, ਕਦੀ ਟਰਾਂਸਪੋਰਟ ਮੰਤਰੀ ਬਦਲਿਆ, ਕਦੀ CM ਦਾ ਚਿਹਰਾ ਬਦਲਿਆ। ਸੋ ਚਿਹਰੇ ਬਦਲ ਕੇ ਮਸਲੇ ਹੱਲ ਨਹੀਂ ਹੋਣੇ, ਸਰਕਾਰ ਨੂੰ ਕੰਮ ਕਰਨੇ ਪੈਣਗੇ, ਕਿਉਂਕਿ ਇਹਨਾਂ ਨੇ ਵਾਅਦੇ ਬੜੇ ਵੱਡੇ ਵੱਡੇ ਕੀਤੇ ਸੀ, ਜਿਸ ਕਰਕੇ ਉਹ ਸਾਰਾ ਸਮਾਂ ਨਿਕਲ ਗਿਆ, ਸਿਰਫ 1 ਮਹੀਨਾ ਬਾਕੀ ਆ। ਅਤੇ ਸਰਕਾਰ ਜਿਹੜੇ ਆਪਣੇ ਵਾਅਦੇ ਕੁਝ ਪੂਰੇ ਕਰੇ, ਜਿਹਦੇ ਨਾਲ ਜਿਹੜੇ ਆ ਵੋਟ ਬੈਂਕ ਆ ਉਹ ਤਾਂ ਜੁੜਨਾ, ਨਹੀਂ ਤਾਂ ਸਾਰੇ ਹੀ ਜਿਹੜੇ ਵਿਭਾਗ ਨੇ ਜਾਂ ਮੁਲਾਜ਼ਮ ਨੇ ਉਹ ਵੱਖ ਵੱਖ ਜਗ੍ਹਾ 'ਤੇ ਧਰਨਿਆਂ 'ਤੇ ਬੈਠੇ ਆ, ਅਤੇ ਇਸੇ ਤਰ੍ਹਾਂ ਪਨਬੱਸ PRTC ਦੇ ਮੁਲਾਜ਼ਮ ਵੀ ਆਉਣ ਵਾਲੇ ਸਮੇਂ 'ਚ ਤਿੱਖੇ ਸੰਘਰਸ਼ ਦਾ ਐਲਾਨ ਕਰ ਚੁੱਕੇ ਆ। ਸਾਡੀ ਪਿਛਲੀ 22 ਤਰੀਕ ਨੂੰ ਮਾਨਯੋਗ ਟਰਾਂਸਪੋਰਟ ਮੰਤਰੀ ਟਰਾਂਸਪੋਰਟ ਸੈਕਟਰੀ ਨਾਲ ਮੀਟਿੰਗ ਹੋਈ ਸੀਗੀ। ਉਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ ਅਸੀਂ ਆਉਣ ਵਾਲੀ ਪਹਿਲੀ ਜਿਹੜੀ ਕੈਬਨਿਟ ਹੋਊਗੀ ਉਹਦੇ ਵਿੱਚ ਪੱਕੇ ਕਰਾਂਗੇ। ਪਰ ਅੱਜ ਦੀ ਜਿਹੜੀ ਸਾਡੀ ਗੇਟ ਰੈਲੀ ਆ, ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਜੇਕਰ 29 ਤਰੀਕ ਨੂੰ ਸਾਡੀ ਕੈਬਨਿਟ ਮੀਟਿੰਗ ਵਿੱਚ ਕੋਈ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰਨ ਤੌਰ 'ਤੇ ਹੜਤਾਲ ਕਰਕੇ ਅਸੀਂ ਬੱਸਾਂ ਦਾ ਚੱਕਾ ਜਾਮ ਕਰਾਂਗੇ ਅਤੇ ਜਿਹਦੇ ਨਤੀਜੇ ਸਰਕਾਰ ਨੂੰ ਭੁਗਤਣੇ ਪੈਣਗੇ। 36,000 ਦੇ ਵਿੱਚ ਲਗਭਗ ਸਾਡੇ ਉਹਨਾਂ ਨੇ ਬੋਰਡ ਕਾਰਪੋਰੇਸ਼ਨਾਂ ਤਕਰੀਬਨ ਬਾਹਰ ਰੱਖੀਆਂ, ਪਰ ਸਾਡੇ ਟਰਾਂਸਪੋਰਟ ਵਿਭਾਗ ਦਾ 36,000 ਦੇ ਵਿੱਚ ਇਹਨਾਂ ਨੇ ਜਿਹੜਾ ਐਕਟ 10 ਸਾਲਾ ਬਣਾਤਾ, ਲਗਭਗ ਉਹ ਕਿਸੇ ਵੀ ਮਹਿਕਮੇ ਦੇ ਵਿੱਚ ਕੋਈ ਵੀ ਵਰਕਰ ਨਹੀਂ ਆ ਰਿਹਾ। ਕਿੰਨੇ ਮੁਲਾਜ਼ਮ ਨੇ ਤੁਹਾਡੇ ਟੋਟਲ? ਲਗਭਗ ਸਾਡੇ ਪਨਬੱਸ PRTC ਦੇ ਵਿੱਚ 7600 ਦੇ ਲਗਭਗ ਮੁਲਾਜ਼ਮ। ਅੱਜ ਅਸੀਂ ਜਥੇਬੰਦੀ ਦੇ ਸੱਦੇ 'ਤੇ ਪੂਰੇ ਪੰਜਾਬ ਦੇ 27 ਡਿਪੂਆਂ ਦੇ ਗੇਟ 'ਤੇ ਗੇਟ ਰੈਲੀਆਂ ਕੀਤੀਆਂ ਗਈਆਂ, ਕਿਉਂਕਿ ਪਿਛਲੇ ਸਮੇਂ 22 ਤਰੀਕ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਫਾਈਨਲ ਮੀਟਿੰਗ ਹੋਈ ਸੀ ਜਿਹਦੇ 'ਚ ਉਹਨਾਂ ਨੇ ਅਗਲੀ ਕੈਬਨਿਟ ਮੀਟਿੰਗ ਤੱਕ ਸਮਾਂ ਲਿਆ ਸੀਗਾ ਵੀ ਜਿਹੜੀ ਹੜਤਾਲ ਨੂੰ ਪੋਸਟਪੋਨ ਕੀਤਾ ਜਾਵੇ, ਅਸੀਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਤੁਹਾਨੂੰ ਰੈਗੂਲਰ ਕਰਾਂਗੇ, ਜਿਸ ਕਰਕੇ ਅੱਜ ਅਸੀਂ ਸਰਕਾਰ ਨੂੰ ਯਾਦ ਕਰਾਉਂਦੇ ਹਾਂ ਅਤੇ ਚੇਤਾਵਨੀ ਦਿੰਦੇ ਹਾਂ ਵੀ 29 ਤਰੀਕ ਦੀ ਕੈਬਨਿਟ ਮੀਟਿੰਗ ਕਰਨ ਜਾ ਰਹੀ ਹੈ ਸਰਕਾਰ, ਅਤੇ ਉਹਦੇ 'ਚ ਸਾਡੇ ਪਨਬੱਸ PRTC ਦੇ ਸਮੂਹ ਜਿਹੜੇ ਮੁਲਾਜ਼ਮ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ। ਜੇਕਰ ਨਾ ਕੀਤਾ ਗਿਆ ਤਾਂ ਤੁਰੰਤ ਜਿਹੜੀਆਂ ਪੰਜਾਬ ਰੋਡ ਪਨਬੱਸ PRTC ਦੀਆਂ ਬੱਸਾਂ 30 ਤਰੀਕ ਤੋਂ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਜਾਣਗੇ ਸਮੁੱਚੇ ਮੁਲਾਜ਼ਮ। ਸਰਕਾਰ ਸਮਾਂ ਟਪਾ ਰਹੀ ਆ, ਕਦੀ ਚਿਹਰੇ ਬਦਲ ਲੈਂਦੀ, ਕਦੀ ਪੰਜਾਬ ਦਾ ਪ੍ਰਧਾਨ ਬਦਲ ਲਿਆ, ਕਦੀ ਟਰਾਂਸਪੋਰਟ ਮੰਤਰੀ ਬਦਲਿਆ, ਕਦੀ CM ਦਾ ਚਿਹਰਾ ਬਦਲਿਆ। ਸੋ ਚਿਹਰੇ ਬਦਲ ਕੇ ਮਸਲੇ ਹੱਲ ਨਹੀਂ ਹੋਣੇ, ਸਰਕਾਰ ਨੂੰ ਕੰਮ ਕਰਨੇ ਪੈਣਗੇ, ਕਿਉਂਕਿ ਇਹਨਾਂ ਨੇ ਵਾਅਦੇ ਬੜੇ ਵੱਡੇ ਵੱਡੇ ਕੀਤੇ ਸੀ, ਜਿਸ ਕਰਕੇ ਉਹ ਸਾਰਾ ਸਮਾਂ ਨਿਕਲ ਗਿਆ, ਸਿਰਫ 1 ਮਹੀਨਾ ਬਾਕੀ ਆ। ਅਤੇ ਸਰਕਾਰ ਜਿਹੜੇ ਆਪਣੇ ਵਾਅਦੇ ਕੁਝ ਪੂਰੇ ਕਰੇ, ਜਿਹਦੇ ਨਾਲ ਜਿਹੜੇ ਆ ਵੋਟ ਬੈਂਕ ਆ ਉਹ ਤਾਂ ਜੁੜਨਾ, ਨਹੀਂ ਤਾਂ ਸਾਰੇ ਹੀ ਜਿਹੜੇ ਵਿਭਾਗ ਨੇ ਜਾਂ ਮੁਲਾਜ਼ਮ ਨੇ ਉਹ ਵੱਖ ਵੱਖ ਜਗ੍ਹਾ 'ਤੇ ਧਰਨਿਆਂ 'ਤੇ ਬੈਠੇ ਆ, ਅਤੇ ਇਸੇ ਤਰ੍ਹਾਂ ਪਨਬੱਸ PRTC ਦੇ ਮੁਲਾਜ਼ਮ ਵੀ ਆਉਣ ਵਾਲੇ ਸਮੇਂ 'ਚ ਤਿੱਖੇ ਸੰਘਰਸ਼ ਦਾ ਐਲਾਨ ਕਰ ਚੁੱਕੇ ਆ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ, ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ, ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ, ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ, ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।
वर्ल्ड फेमस बाबा सलीम खान एक ही बार गोल्ड मेडलिस्ट सारिया थावां तो निराश अते मायूस होने वाले एक बार फोन जरूर करो जिवें चाहोगे ओवें होएगा इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल वशीकरण अते मुठकरनी लव मैरिज सौतन अते दुश्मन तो छुटकारा पक्का काम पक्का हल 101% गारंटी अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनबन जा दुटोना मनमोहनी वशीकरण करवाओ जा तोड़वाओ रुसे नूं मनाओ हुणे कॉल करो बाबा सलीम खान 98199 37 467। मेरे बापू ते मेरी मां ने सारी उम्र अपने आप नूं भुल के मैनू मेरी जिंदगी विच पौड़ी पौड़ी चढ़ना सिखाया मेरी हर मुश्किल नूं हर कीमत ते हल कीता है उन्होंने मैं उन्हां दा देना सारी जिंदगी नहीं भुल सकता जिवें उह श्रोमणी अकाली दल नूं नहीं भुल सकदे श्रोमणी अकाली दल शुरू तों ही उन्हां दी ते सारे पंजाबियों की मां पार्टी रही है कदे उह बुरे लगदे ने ते कदे चंगे पर मां बाप कदी बदले नहीं जाते।